ਇਹ ਵੀਡੀਓ ਨੇ ਕਿ ਕਟ ਆਫ ਕਿੰਨੀ ਜਾਂਦੀ ਹੈ ਮੈਂ 2022 ਦਾ ਡਾਟਾ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਟੈਸਟ ਕੰਡਕਟ ਕੀਤਾ ਗਿਆ ਸੀ ਕਾਉਂਸਲਿੰਗ ਕੀਤੀ ਗਈ ਸੀ ਪਹਿਲੀ ਕਾਉਂਸਲਿੰਗ ਤੋਂ ਬਾਅਦ ਜਿਹਦੇ ਵਿੱਚ ਲਗਭਗ 7000 ਦੇ ਕਰੀਬ ਬੱਚੇ ਸੀਟ ਲੈ ਚੁੱਕੇ ਸਨ ਉਸ ਤੋਂ ਬਾਅਦ 5000 ਦੇ ਕਰੀਬ ਬੱਚਿਆਂ ਨੇ ਜਿਹਨਾਂ ਨੂੰ ਸੀਟ ਮਿਲੀ ਹੈ ਇਹ ਉਹਦਾ ਡਾਟਾ ਹੈ ਸੋ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਲਾਸਟ ਤੁਹਾਡੇ ਕੰਬੀਨੇਸ਼ਨ ਜੋ ਤੁਹਾਡੀ ਕੈਟਾਗਰੀ ਵਿੱਚ ਲਾਸਟ ਸੀਟ ਕਿੰਨੇ 'ਤੇ ਗਈ ਹੈ ਇਹਦੇ ਵਿੱਚ ਸਿਰਫ ਕਾਲਜ ਵਾਈਜ਼ ਇਹ ਹੋਏਗਾ ਜੇ ਤੁਹਾਨੂੰ ਕਿਸੇ ਕਾਲਜ ਦਾ ਡਾਟਾ ਚਾਹੀਦਾ ਹੈ ਕਮੈਂਟ ਬਾਕਸ ਵਿੱਚ ਲਿਖ ਕੇ ਮੈਂ ਉਸ ਕਾਲਜ ਦਾ ਕੰਬੀਨੇਸ਼ਨ ਵਾਈਜ਼ ਕੈਟਾਗਰੀ ਵਾਈਜ਼ ਸਾਰਾ ਡਾਟਾ ਤੁਹਾਨੂੰ ਦੇ ਦਿਆਂਗਾ ਇਹਦੇ ਵਿੱਚ ਹੈ ਸਾਡੇ ਕੋਲ ਗੌਰਮੈਂਟ ਕਾਲਜ ਆਫ ਐਜੂਕੇਸ਼ਨ ਮਲੇਰਕੋਟਲਾ ਇਸ ਲਈ ਗੌਰਮੈਂਟ ਕਾਲਜ ਦਾ ਜ਼ਿਆਦਾ ਪਾ ਰਿਹਾ ਹੈ ਕਿਉਂਕਿ ਜ਼ਿਆਦਾ ਜਿਹੜੇ ਬੱਚੇ ਇਕਨੋਮਿਕਲੀ ਵੀਕ ਨੇ ਜਾਂ ਚਾਹੁੰਦੇ ਨੇ ਕਿ ਉਹਨਾਂ ਦੀ ਫੀਸ ਵੱਧ ਜਾਏ ਉਹ ਜ਼ਿਆਦਾ ਜ਼ਰੂਰੀ ਨੇ ਸੋ ਪਹਿਲਾ ਹੈ ਕਾਮਰਸ ਪੰਜਾਬ ਕੋਟੇ ਵਿੱਚ ਹੈ ਜਨਰਲ ਕੈਟਾਗਰੀ ਹੈ ਇਹ 55 'ਤੇ ਲਾਸਟ ਸੀਟ ਗਈ ਹੈ ਸੀਟਸ 3 ਸੀ ਇਹ ਦੇਖੋ ਉਸ ਕੰਬੀਨੇਸ਼ਨ 'ਚ ਕਿਉਂਕਿ ਮੇਰੇ ਖਿਆਲ ਇਸ ਕਾਲਜ ਵਿੱਚ 50 ਸੀਟਸ ਨੇ ਸੋ ਬਹੁਤ ਘੱਟ ਸੀਟਾਂ ਉਸ ਕੰਬੀਨੇਸ਼ਨ ਕੈਟਾਗਰੀ ਵਿੱਚ ਆਉਣਗੀਆਂ ਓਕੇ ਗਵਰਨਮੈਂਟ ਕਾਲਜ ਇਹ ਕੰਪਿਊਟਰ ਐਜੂਕੇਸ਼ਨ ਦੀ ਮੇਜਰ ਸਬਜੈਕਟ ਹੈ ਕੰਪਿਊਟਰ ਐਜੂਕੇਸ਼ਨ ਨਾਲ ਤੁਸੀਂ ਕਿਹੜਾ ਦੂਜਾ ਸਬਜੈਕਟ ਲੈਣਾ ਹੈ ਉਸ ਕਾਲਜ ਵਿੱਚ ਦੇਖ ਲੈਣਾ ਹੈ ਸੀਟ ਮੈਟ੍ਰਿਸਿਸ ਡਿਸਪਲੇ ਹੋ ਜਾਏਗੀ 85% ਕੋਟਾ ਪੰਜਾਬ ਦਾ ਕੋਟਾ ਜਨਰਲ ਕੈਟਾਗਰੀ ਦਾ 64 ਗਈ ਹੈ ਕੰਪਿਊਟਰ ਸਾਇੰਸ ਦੀ 64 ਹੈ ਔਰ ਕਮਰਸ ਦੀ ਗਈ ਹੈ 55 ਇਹ ਮੈਥਮੈਟਿਕਸ ਦੀ ਜਨਰਲ ਕੈਟਾਗਰੀ ਦੀ 85% ਪੰਜਾਬ ਕੋਟੇ ਦੀਆਂ 4 ਸੀਟਾਂ ਸੀ 72 ਗਈ ਹੈ ਇਸ ਦੀ ਰੈਂਕ ਅੱਗੇ ਗਿਆ ਹੈ ਮੈਥਮੈਟਿਕਸ ਸ਼ਡਿਊਲਡ ਕਾਸ ਦੇਖੋ ਰੈਂਕ ਅੱਗੇ ਗਿਆ ਹੈ 77.5 ਹੈ ਜਨਰਲ ਕੈਟਾਗਰੀ ਡਾਊਨ ਜਾ ਰਹੀ ਹੈ ਓਕੇ ਮੈਥਮੈਟਿਕਸ 85% ਕੋਟਾ ਬੈਕਵਰਡ ਕਲਾਸ 82 ਰੈਂਕ 'ਤੇ ਗਈ ਹੈ ਔਰ ਗਵਰਨਮੈਂਟ ਕਾਲਜ ਵਿੱਚ ਸਾਇੰਸ ਟੀਚਿੰਗ ਆਫ ਸਾਇੰਸ ਦੇਖੋ ਇੱਥੇ ਗਵਰਨਮੈਂਟ ਕਾਲਜ ਹੈ ਟੀਚਿੰਗ ਆਫ ਲਾਈਫ ਸਾਇੰਸ ਨਹੀਂ ਹੈ ਟੀਚਿੰਗ ਆਫ ਫਿਜ਼ੀਕਲ ਸਾਇੰਸ ਨਹੀਂ ਹੈ ਜਿਹੜੀ ਗੱਲ ਦੱਸੀ ਸੀ ਗਵਰਨਮੈਂਟ ਕਾਲਜਾਂ 'ਚ ਕੰਬੀਨੇਸ਼ਨ ਘੱਟ ਹੋਣਗੇ ਪੰਜਾਬ ਦਾ 85% ਜਨਰਲ ਕੈਟਾਗਰੀ ਦੇ 3 ਸੀਟਾਂ ਸੀ 89 ਕੱਟ ਆਫ ਮਾਰਕਸ ਗਏ ਨੇ ਇਹ ਲਿਖੇ ਨੇ ਔਰ ਸਾਇੰਸ ਦੀ ਹੀ 85% ਕੋਟਾ ਪੰਜਾਬ ਦਾ ਸ਼ਡਿਊਲਡ ਕਾਸਟ ਦਾ 80 ਮਾਰਕਸ ਲਾਸਟ ਗਏ ਨੇ ਸੋਸ਼ਲ ਸਟੱਡੀਜ਼ SST ਜਿਸ ਨੂੰ ਬੋਲ ਦਿੰਦੇ ਹੋ 85% ਕੋਟਾ ਜਨਰਲ ਕੈਟਾਗਰੀ ਦੇ 5 ਸੀਟ ਸੀ ਔਰ 84 ਇਹਨਾਂ ਦੀ ਗਈ ਹੈ ਮੈਰਿਟ ਸੋ ਇਹ ਹੈ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਮਲੇਰਕੋਟਲਾ ਇਸ ਤੋਂ ਇਲਾਵਾ ਸੋਸ਼ਲ ਸਟੱਡੀ ਦਾ ਮੇਰੇ ਖਿਆਲ 'ਚ ਇਹ ਹੋ ਗਿਆ ਤੁਹਾਡਾ ਗਵਰਨਮੈਂਟ ਕਾਲਜ ਦਾ ਸੋਸ਼ਲ ਸਟੱਡੀ ਦਾ ਇਹ ਸ਼ਡਿਊਲ ਇਹ ਹੋ ਗਿਆ ਮੇਰੇ ਖਿਆਲ ਦੱਸ ਦਿੱਤਾ ਜਿੰਨੇ ਦੱਸਿਆ ਦੁਬਾਰਾ ਦੱਸ ਦਿੰਦਾ ਹਾਂ ਕਿ 85% ਕੋਟੇ ਸ਼ਡਿਊਲਡ ਕਾਸਟ ਦੀਆਂ 4 ਸੀਟਾਂ ਸਨ 75 ਇਹਨਾਂ ਦਾ ਰੈਂਕ ਗਿਆ ਹੈ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਮਲੇਰਕੋਟਲਾ ਸੋਸ਼ਲ ਸਟੱਡੀ ਦਾ ਬੈਕਵਰਡ ਦਾ 84.5 ਇਹ ਰੈਂਕ ਹਾਈ ਚਾਹੀਦਾ ਹੈ ਸੋ ਜੇ ਤੁਸੀਂ ਇਹਨਾਂ ਇਸ ਕਾਲਜ ਵਿੱਚ ਗਵਰਨਮੈਂਟ ਕਾਲਜ ਵਿੱਚ ਲੈਣਾ ਚਾਹੁੰਦੇ ਹੋ ਐਡਮਿਸ਼ਨ ਔਰ ਤੁਹਾਡਾ ਕੰਬੀਨੇਸ਼ਨ ਇਹਦੇ ਵਿੱਚ ਸ਼ਾਮਿਲ ਹੈ ਤਾਂ ਇਹ ਮਤ ਸੋਚਿਓ ਕਿ ਇੰਨੀ ਹੀ ਕੱਟ ਆਫ ਗਈ ਜਾਏਗੀ ਇਹ ਅੰਦਾਜ਼ਾ ਹੈ ਜੇ 84 ਹੈ 80 ਹੈ 70 ਹੈ 84 ਇਹਦੇ ਇਟ ਮੀਨਸ ਤੁਹਾਨੂੰ 90-100 ਤੱਕ ਮਾਰਕਸ ਜ਼ਰੂਰ ਲੈਣੇ ਪੈਣਗੇ ਉਸ ਲਈ ਤੁਸੀਂ ਵੀਡੀਓ ਦੇਖ ਸਕਦੇ ਹੋ ਪਿਛਲੇ ਕੁਸ਼ਚਨ ਸਾਰੇ ਸੋਲਵ ਕਰੋ ਟ੍ਰਿਕਸ ਜ਼ਰੂਰ ਦੱਸਾਂਗਾ ਰੈਂਡਮ ਗੈਸ ਲੋਜੀਕਲ ਗੈਸ ਔਰ ਪਿਛਲੇ ਪੇਪਰ ਦਾ ਐਨਾਲਿਸਿਸ ਕਰਕੇ 2022 ਦੇ ਪੇਪਰ ਦਾ ਐਨਾਲਿਸਿਸ ਕਰਾਂਗਾ ਕਿ ਜਿਹੜੀਆਂ ਉਹਦੇ ਵਿੱਚ ਗਲਤੀਆਂ ਸੀ ਉਹ ਗਲਤੀਆਂ ਤੋਂ ਫਾਇਦਾ ਤੁਸੀਂ ਕਿੱਦਾਂ ਲੈ ਸਕਦੇ ਹੋ 20% ਤੱਕ ਕੁਸ਼ਚਨ ਤੁਸੀਂ ਇੱਦਾਂ ਹੀ ਸੋਲਵ ਕਰ ਸਕਦੇ ਹੋ ਬੜੀ ਹੈਰਾਨੀ ਵਾਲੀ ਗੱਲ ਹੋਏਗੀ ਹੈ ਨਾ ਬੜੇ ਤਰ੍ਹਾਂ ਦੇ ਤੁਹਾਨੂੰ 11-12 ਨੁਕਤੇ ਦੱਸ ਰਹੇ ਹਨ ਮੈਂ ਉਹ ਵੀਡੀਓ ਵਿੱਚ ਵੀ ਥੋੜ੍ਹੇ ਥੋੜ੍ਹੇ ਨਾਲ ਡਿਸਕਸ ਕਰ ਰਿਹਾ ਹਾਂ ਔਰ ਜਿਹੜੇ ਮੇਨ ਐਜੂਕੇਸ਼ਨ ਬੋਡੀਜ਼ 'ਤੇ ਐਜੂਕੇਸ਼ਨਲ ਕਮਿਸ਼ਨ 'ਤੇ ਕਮੇਟੀਜ਼ 'ਤੇ ਜੋ ਇਨੀਸ਼ੀਏਟਿਵ ਡਿਜੀਟਲ ਇਨੀਸ਼ੀਏਟਿਵ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਗਵਰਨਮੈਂਟ ਨੇ ਲਏ ਹਨ ਸਵੈਮ ਹੈ ਸਵੈਮ ਪ੍ਰਭਾ ਹੈ ਈ ਵਿਦਿਆ ਹੈ ਇਸ ਦੇ ਨਾਲ ਜਿਹੜੀ ਹੈ ਦੀਕਸ਼ਾ ਹੈ ਨਾ ਨਿਸ਼ਠਾ ਹੈ ਇਹਨਾਂ 'ਤੇ ਵੀਡੀਓ ਇੱਕ 20-20 ਕੁਸ਼ਚਨ ਬਣਾਏ ਨੇ ਉਹ ਜ਼ਰੂਰ ਦੇਖ ਲਓ ਤੋਂ ਅੱਛੇ ਮਾਰਕਸ ਗੇਨ ਕਰ ਸਕਦੇ ਹੋ ਜੇ ਇਸ ਦੇ ਰਿਗਾਰਡਿੰਗ ਹੋਰ ਕੋਈ ਕੁਆਰੀ ਹੋਵੇ ਤੁਸੀਂ ਪੁੱਛ ਸਕਦੇ ਹੋ ਗਰਾਮਰ ਲਈ ਕੋਈ ਵੀ ਸਕੂਲ ਦੀ ਕਿਤਾਬ ਲੈ ਕੇ ਗਰਾਮਰ ਅਤੇ ਪੈਰੇ ਨੂੰ ਹੱਲ ਕਰਨਾ ਬੇਸਿਕਲੀ ਵੋਕੈਬਲਰੀ ਜਿੰਨੀ ਜ਼ਿਆਦਾ ਹੈ ਉਨਾ ਅੱਛਾ ਹੈ ਸੋ ਕੋਈ ਵੀ ਸਕੂਲ ਦੀ ਅੱਛੀ ਪੁਸਤਕ ਲੈ ਕੇ ਹੈ ਨਾ ਗਰਾਮਰ ਦਾ ਪੋਰਸ਼ਨ ਥੋੜ੍ਹਾ ਥੋੜ੍ਹਾ ਰੀਡ ਕਰ ਲਓ ਮੈਂ ਵੀ ਕਰਵਾਵਾਂਗਾ ਨੋ ਡਾਊਟ ਤੁਸੀਂ ਸੈਲਫ ਸਟੱਡੀ ਵੀ ਨਾਲ ਨਾਲ ਕਰੋ ਜੇ ਜ਼ਿਆਦਾ ਮਾਰਕਸ ਲੈਣੇ ਹਨ ਥੈਂਕ ਯੂ ਡਾਕਟਰ ਧੀਰਜ ਸਿੰਘ ਲਰਨ ਟੂ ਐਕਟ